ਪਠਾਨਕੋਟ ਦੇ ਮੁਹੱਲਾ ਗੋਪੀਪੁਰ ਵਿਖੇ ਅੱਜ ਸਵੇਰੇ ਲੋਕਾਂ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਮੁਹੱਲੇ ਵਿੱਚ ਬਣੇ ਕੱਪੜੇ ਦੇ ਗੋਦਾਮ ਵਿਖੇ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਅੱਗ ਲੱਗ ਗਈ। ਅੱਗ ਲੱਗਣ ਨਾਲ ਜਿੱਥੇ ਗੋਦਾਮ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ, ਉੱਥੇ ਗੋਦਾਮ ਦੇ ਨਾਲ ਲੱਗਦੇ ਘਰ ਵੀ ਇਸ ਅੱਗ ਦੇ ਸੇਕ ਤੋਂ ਨਹੀਂ ਬਚ ਸਕੇ। ਇਹ ਘਟਨਾ ਸਵੇਰੇ ਕਰੀਬ 7 ਵਜੇ ਦੀ ਹੈ ਜਦੋਂ ਗੋਦਾਮ ਵਿੱਚ ਅੱਗ ਲੱਗੀ। ਲੋਕਾਂ ਨੇ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ, ਜਿਸ ਦੇ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਨੂੰ ਬੁਝਾਇਆ। ਰਿਹਾਇਸ਼ੀ ਇਲਾਕਿਆਂ ਵਿੱਚ ਬੜੇ ਇਹਨਾਂ ਗੋਦਾਮਾਂ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਹੈ। ਇਸ ਬਾਰੇ ਜਦੋਂ ਨਿਊਜ਼ ਨੰਬਰ ਦੀ ਟੀਮ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਦਾ ਕਹਿਣਾ ਸੀ ਕਿ ਅੱਜ ਸਵੇਰੇ ਮੁਹੱਲੇ ਵਿੱਚ ਬੜੇ ਕੱਪੜੇ ਦੇ ਗੋਦਾਮ ਵਿਖੇ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਅੱਗ ਲੱਗ ਗਈ, ਜਿਸ ਵਜ੍ਹਾ ਕਰਕੇ ਜਿੱਥੇ ਗੋਦਾਮ ਦੇ ਮਾਲਕਾਂ ਨੂੰ ਨੁਕਸਾਨ ਹੋਇਆ ਹੈ, ਉੱਥੇ ਹੀ ਅੱਗ ਦਾ ਸੇਕ ਸਾਡੇ ਘਰਾਂ ਤੱਕ ਵੀ ਪਹੁੰਚਿਆ ਹੈ, ਜਿਸ ਕਰਕੇ ਸਾਡੇ ਘਰਾਂ ਦਾ ਵੀ ਨੁਕਸਾਨ ਹੋਇਆ ਹੈ। ਲੋਕਾਂ ਨੇ ਕਿਹਾ ਕਿ ਅੱਜ ਐਤਵਾਰ ਸੀ, ਜਿਸ ਵਜ੍ਹਾ ਕਰਕੇ ਸਾਰੇ ਲੋਕ ਆਪਣੇ ਆਪਣੇ ਘਰਾਂ ਵਿੱਚ ਮੌਜੂਦ ਸਨ ਅਤੇ ਇਸੇ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਨਹੀਂ ਤਾਂ ਮੁਹੱਲੇ ਵਿੱਚ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ। ਇਸ ਮੌਕੇ ਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਇਹਨਾਂ ਗੋਦਾਮਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਬਾਹਰ ਕੱਢਣ ਦੀ ਵੀ ਮੰਗ ਕੀਤੀ। ਇਹ ਅੱਜ ਸਵੇਰੇ ਅਸੀਂ ਸੁੱਤੇ ਰਹੇ ਸੀ, ਸੰਡੇ ਦਾ ਦਿਨ ਸੀ, ਉਹ ਕੁਦਰਤ ਵੱਲੋਂ ਵੀ ਅੱਜ ਸਾਰੇ ਘਰਾਂ 'ਚ ਹੀ ਤਕਰੀਬਨ 8 ਵਜੇ ਅੱਗ ਲੱਗੀ ਆ, ਔਰ ਇਹਨਾਂ ਦੇ ਜਿਹੜੇ ਡਾਕ ਨੇ ਸਾਹਮਣੇ ਚੋਪੜੇ ਕਲਾਸ ਹੋ ਸਕੇ ਆ, ਇਹਨਾਂ ਦੇ ਗੋਦਾਮ ਆ ਪਿੱਛੇ ਬਣੇ ਦੇ, ਇਹ ਇਨਲੀਗਲ ਆ, ਗੋਦਾਮ ਮਹੱਲੇ ਦੇ ਵਿੱਚ ਨਹੀਂ ਹੋਣੇ ਚਾਹੀਦੇ। ਗੋਦਾਮਾਂ ਦੇ ਕਾਰਨ ਪਤਾ ਨਹੀਂ ਸ਼ਾਰਟ ਸਰਕਟ ਹੋਇਆ ਜਾਂ ਕੀ ਹੋਇਆ, ਸਾਡੇ ਜਿੰਨੇ ਵੀ ਘਰ ਸੀ ਕਿਸੇ ਦਾ ਏਸੀ ਸੜ ਗਿਆ, ਕਿਸੇ ਦਾ ਕੁਛ ਸੜ ਗਿਆ, ਸਾਰੇ ਸਿਲੰਡਰ ਅਸੀਂ ਉੱਠ ਕੇ ਜਿਹਲੇ ਆਪੋ ਧਾਪ ਪਈ ਆ ਬਾਹਰ ਕੱਢੇ ਆ, ਸੁੱਤੇ ਦੇ ਨਿਆਣੇ ਚੁੱਕ ਚੁੱਕ ਕੇ ਬਾਹਰ ਕੱਢੇ ਆ, ਲੇਕਿਨ ਬਹੁਤ ਹੀ ਮੁਸ਼ਕਲ ਸੀ, ਇੰਨਾ ਜਾਨੀ ਨੁਕਸਾਨ ਹੋਣਾ ਸੀ, ਜੇ ਅਗਰ ਅਸੀਂ ਆਪਣੇ ਕੰਮਾਂ ਦੇ ਅੱਜ ਛੁੱਟੀ ਹੋਣ ਕਾਰਨ ਇਹ ਬਚਾਅ ਹੋ ਗਿਆ। ਔਰ ਜਿਹੜੇ ਆ ਇਹ ਇਨਲੀਗਲ ਗੋਦਾਮ ਆ, ਇਹਦੇ ਬਾਹਰ ਸਾਡੇ ਆਪਣੇ ਬਨਾਰਸੀ ਹਲਵਾਈ ਦੇ ਸਾਹਮਣੇ ਜਿਹੜੀ ਆ ਸਫੈਦੀ ਵਾਲੀਆਂ ਦੁਕਾਨਾਂ, ਉਹਨਾਂ ਨੇ ਵੀ ਅੰਦਰ ਮੁਹੱਲੇ 'ਚ ਗੋਦਾਮ ਬਣਾਏ ਦੇ ਆ, ਉਹਨਾਂ ਦੇ ਸਪਿਰਿਟ ਦੇ ਡਰੰਮ ਅੰਦਰ ਪਏ ਦੇ ਆ, ਕੱਲ੍ਹ ਨੂੰ ਕੋਈ ਵੱਡਾ ਹਾਦਸਾ ਹੋ ਜੇ ਤਾਂ ਇਹਦੀ ਜ਼ਿੰਮੇਵਾਰੀ ਕਿਹਦੀ ਹੋਏਗੀ। ਇਹ ਅਸੀਂ ਦਰਖਾਸਤ ਕਰਦੇ ਹਾਂ ਕਿ ਪ੍ਰਸ਼ਾਸਨ ਅੱਗੇ ਕਿ ਇਹਨਾਂ ਨੂੰ ਕਿੱਥੋਂ ਇਹਨਾਂ ਨੂੰ ਮਨਜ਼ੂਰੀ ਮਿਲੀ ਆ, ਇਹ ਕਿੱਦਾਂ ਮੁਹੱਲਿਆਂ ਦੇ ਵਿੱਚ ਗੋਦਾਮ ਬਣ ਸਕਦੇ ਆ, ਇਹ ਤੇ ਕਾਰਵਾਈ ਹੋਣੀ ਚਾਹੀਦੀ ਆ। ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੋਪੀਪੁਰ ਮੁਹੱਲੇ ਵਿੱਚ ਕਿਸੇ ਗੋਦਾਮ ਵਿੱਚ ਅੱਗ ਲੱਗੀ ਹੈ, ਜਿਸ ਦੇ ਚੱਲਦੇ ਸਾਡੀ ਟੀਮ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਅੱਗ ਨੂੰ ਬੁਝਾਇਆ ਜਾ ਰਿਹਾ ਹੈ। ਇੱਥੇ ਅੱਗ ਲੱਗੀ ਹੈ ਘਰ 'ਚ, ਗੋਦਾਮ ਆ ਕੋਈ, ਮੈਂ ਕਿਹਾ ਉਹ ਅੱਗ ਲੱਗੀ ਹੈ ਤੇ ਉਹ ਅਸੀਂ ਮੌਕੇ ਤੇ ਪਹੁੰਚ ਗਿਆ, ਕੰਟਰੋਲ ਕਰ ਲਈ ਅੱਗ, ਹੁਣ ਅੱਗੇ ਬੁਝਾ ਰਹੇ ਹਾਂ, ਕੰਮ ਚੱਲ ਰਿਹਾ। ਅੱਗ ਦਾ ਕੋਈ ਕਾਰਨ ਇਹ ਨਹੀਂ ਸਾਨੂੰ ਪਤਾ ਕੀ ਦਾ। ਜ਼ਿਕਰਯੋਗ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਨਜਾਇਜ਼ ਗੋਦਾਮ ਬਣਾਏ ਜਾਣ ਦਾ ਇਹ ਮਾਮਲਾ ਪਹਿਲਾਂ ਨਹੀਂ ਹੈ, ਪਰ ਅਜਿਹੇ ਵਿੱਚ ਲੋੜ ਹੈ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਜੋ ਨਿਯਮ ਬਣਾਏ ਜਾਂਦੇ ਹਨ, ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਅਮਲੀ ਜਾਮਾ ਵੀ ਪਾਇਆ ਜਾਵੇ।